अस्सलाम वालेकुम। कल तकरीबन 2 बज के 14 मिनट उत्ते साडा एक दोस्त खुरम शहजाद इस्लामपुरा मोड़ मुहम्मद अनारा उस दे वालद दा नाम है मुहम्मद अनार ते जनाब तकरीबन 2 दा टाइम आई वो इत्थे दरिया जेलम विच डिग्गा ते विक्टोरिया पुल तो दरिया जेलम चक निजाम वाली जिहड़ी विक्टोरिया पुल है उस उत्तों डिग्गा ते जनाब सारा दिन सन इत्थे हो गया। सारी रात असी इत्थे कढ़ी है। ਇਹ ਸਾਰੇ ਅਸੀਂ ਵੀਰ ਭਰਾ ਖਲੇ ਹੋਏ ਹਾਂ। ਇਹ ਅਸੀਂ ਰੈਸਕਿਊ ਦਾ ਨੰਬਰ ਮਿਲਾਉਂਦੇ ਪਏ ਹਾਂ ਮੰਡੀ ਬਾਬਲਦੀਨ ਵਾਲਾ ਦਾ। ਅੱਗੇ ਜੇਲਮ ਵਾਲਿਆਂ ਨੇ ਕਾਲ ਕੀਤੀ, ਉਹਨਾਂ ਸਾਨੂੰ ਇਹ ਨੰਬਰ ਦਿੱਤਾ, ਉਹਨਾਂ ਕਿਹਾ ਇਸ ਨੰਬਰ 'ਤੇ ਰਾਬਤਾ ਕਰੋ। ਇਸ ਨੰਬਰ ਉੱਤੇ ਅਸੀਂ ਤਕਰੀਬਨ ਕੋਈ 200 ਕਾਲ ਕਰ ਬੈਠੇ ਹਾਂ। ਉਹਨਾਂ ਸਾਡੀ ਕਾਲ ਚਾਹੀ ਨਹੀਂ, ਨਾ ਕੱਲ੍ਹ ਚਾਹੀਏ ਨਾ ਹੁਣ ਚਾਹੀਏ। ਇਹ ਸਾਰੀ ਆਵਾਮ ਬੈਠੀ ਹੈ ਪੁਲੀ ਉੱਤੇ, ਤਕਰੀਬਨ 1000-2000 ਬੰਦਾ ਸਾਡਾ ਬੈਠਾ ਹੋਇਆ ਸਿਰਫ ਇਸ ਵਾਸਤੇ ਬਸ ਸ਼ਾਇਦ ਦੀ ਗੱਲ ਹੈ ਡੈਡ ਬਾਡੀ ਮਿਲ ਜਾਏ, ਠੀਕ ਹੈ। ਲੇਕਿਨ ਸਾਡੀ ਗੌਰਮੈਂਟ ਅੱਗੇ ਅਪੀਲ ਹੈ, ਬਰਾਏ ਮਿਹਰਬਾਨੀ ਮੇਰੇ ਜਿੰਨੇ ਵੀ ਭਰਾ ਸੋਸ਼ਲ ਮੀਡੀਆ ਉੱਤੇ, ਜਿੰਨੇ ਵੀ ਮੇਰੇ ਵੀਰ ਹਨ ਸਾਰੇ, ਉਹ ਜਨਾਬ ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਇਤਨਾ ਇੱਕ ਸ਼ੇਅਰ ਕਰਨ ਤਾਂ ਕਿ ਸਾਡੀ ਇਹ ਜਿਹੜੀ ਵੀਡੀਓ ਹੈ ਸਾਡੀ ਇਮਰਾਨ ਖਾਨ ਸਾਹਿਬ ਕੋਲ ਪਹੁੰਚ ਜਾਵੇ, ਠੀਕ ਹੈ। ਅਤੇ ਸ਼ਾਇਦ ਦੀ ਗੱਲ ਹੈ ਸਾਡਾ ਵਿਰਾਸ ਸਾਨੂੰ ਮਿਲ ਜਾਵੇ। ਤੁਹਾਡੇ ਸਾਰਿਆਂ ਵੀਰਾਂ ਦੀ ਬੜੀ ਮਿਹਰਬਾਨੀ ਹੋ ਸੀ। ਬਾਏ ਦੇ ਵੇ ਕਿਸੇ ਵਾਸਤੇ ਅਗਰ ਨੇਕੀ ਕਰੀਏ ਤਾਂ ਰੱਬ ਵੀ ਉਹਦੇ ਵਾਸਤੇ ਨੇਕੀ ਕਰਦਾ, ਅਤੇ ਤੁਸੀਂ ਇਹ ਇੰਝ ਸਮਝੋ ਬਾਈ ਇੱਕ ਨੇਕੀ ਕਰਦੇ ਪਿਓ, ਨੇਕੀ 'ਚ ਹਿੱਸਾ ਪਾਉਂਦੇ ਪਿਓ। ਬਰਾਏ ਮਿਹਰਬਾਨੀ, ਉਹਦਾ ਮਾਂ ਪਿਓ ਵੀ ਬੜਾ ਪਰੇਸ਼ਾਨ ਹੈ। ਜਿਤਨੇ ਮੇਰੇ ਵੀਰ ਹਨ ਸਾਰਿਆਂ ਅੱਗੇ ਰਿਕੁਐਸਟ ਹੈ, ਬਰਾਏ ਮਿਹਰਬਾਨੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕੀਤਾ ਜਾਏ।